ਓਹੋ ਚਾਚਾ ਗੁੱਡ ਆਫਟਰਨੂਨ ਗਾਈਸ, ਵੈਲਕਮ ਬੈਕ ਟੂ ਮਾਈ ਨਿਊ ਵਲੌਗ ਵੀਡੀਓ ਐਵਰੀਥਿੰਗ। ਹੋਰ ਗੱਡੀ ਜੋਰ ਕਾ ਕੀ ਬਾਤ ਹੈ, ਠੀਕ ਆ ਕੀ ਖਾਣ ਦਿਨਾਂ ਬਾਅਦ ਆਈ, ਸਾਰਾ ਚੈੱਕ ਰਿਪਬਲਿਕ ਹਲਾ ਦਿਆ, ਦੂਰ ਦੇਖਦੀ ਨਹੀਂ ਰਹੀ, ਦੂਰ ਤੇਜ ਆ। ਅੱਜ ਚੱਲਿਆ ਤੁਹਾਨੂੰ ਇੱਕ ਵਧੀਆ ਜਗ੍ਹਾ ਤੇ ਲੈ ਕੇ, ਗੰਜਾ ਭਾਈ ਸਾਡੇ ਨਾਲ ਆ, ਬੋਲ ਯਾਰ ਥੋੜੀ ਹਵਾ ਘੱਟ ਆ ਯਾਰ, ਆਸ਼ੂ ਇਹ ਗਰਮ ਹੋ ਜਾ ਜੰਦੇ ਹੁੰਦੇ ਮਾਂ ਜੀ, ਮੈਂ ਵੀ ਕਹਿਣਾ ਕਰੋ ਪਾਣੀ ਮੈਂ ਡੋਬ ਦੇਣੇ ਹੁੰਦੇ, ਪਾਣੀ ਬਰਮ ਰੱਖਣਾ ਪੜਾ ਹੈ, ਨਹੀਂ ਬਰਮ ਨਹੀਂ, ਇਸ ਨੂੰ ਪਾਣੀ ਆ ਰਿਹਾ ਤੋਂ ਨਾ ਦਾਬ ਦੇ ਸੋ ਕਰੂ ਤੇ ਕਹਿੰਦਾ ਬੱਸੇ ਜਾਣਾ ਹੈ ਇਹ ਉਹ ਬੱਸੇ ਭੈਣ ਕਿੰਨ ਲਗਾਈ ਬਸ ਬਰਾ ਯਾਰ, ਰੇਤ ਨਾ ਰੇਤ ਮੈਂ ਡਾਬਦੀ ਇਹਨੂੰ ਥੋੜੀ ਦੇਰ ਮਾਰ ਕੇ ਠੰਡੀ ਹੋ ਜਾਈ, ਰੇਤ ਗਰਮ ਹੋ ਰਿਹਾ ਟਾਈਮ ਆ ਨਹੀਂ, ਮੈਂ ਵੀ ਸਕੀਮਾਂ ਲੱਗ ਰਹੀਆਂ ਇੱਕ ਤੇ ਇੱਕ, ਕੋਈ ਗਾ ਪਾਣੀ ਮੈਂ ਡੋਬ ਦੇਣਾ ਕੋਈ ਗਾ ਰੇਤ ਮੈਂ ਡੋਬ ਦੇਣੀ ਆ, ਪੂਰਾ ਪਤਾ ਨਹੀਂ ਉਹ ਪੈ ਰਿਹਾ ਨਾ 50 ਡਿਗਰੀ ਟੈਂਪਰੇਚਰ ਵੀ ਗਰਮ ਹੋ ਜੂਗੀ, ਇੰਨੀ ਜਲਦੀ ਨਹੀਂ ਹੁੰਦੀ ਯਾਰ ਗਰਮੀ, ਨਹੀਂ ਹੁੰਦੀ ਗਰਮੀ ਤਾਂ ਪੁਰਾਣੀ ਟੋਪੀ ਦੇ ਲਈ ਇਹ ਜਿਹਾ ਟੇਸਟ, ਸਿਰਫ ਕਾ ਟੇਸਟ ਕਹਿ ਜਾ ਮੈਂਗੋ ਸਿਰਫ ਬਸ ਓਰੇਂਜ ਸਿਰਫ ਹੈ, ਓਰੇਂਜ ਸਿਰਫ ਆ ਲਓ ਨੂੰ ਦੋ ਦੇ ਫਿਰ ਬਹੁਤ ਖਾਲੀ ਕਰ ਦੋ ਰੇ, ਅਰ ਮੈਂ ਬਿੱਲੀ ਦਾ ਹੀ ਫੜਾ ਦਿਆ ਬੈਠੇ ਨਾਲ ਯਾਰ ਮੇਲੀ ਖਾਤੀ ਲੋ ਜੀ ਪਹੁੰਚ ਗਏ ਆਪਾਂ, ਹੁਣ ਕਰਨਾ ਫੁੱਲ ਇੰਜੋਏ ਖੇਲਣਾ, ਆਹ ਦੇਖੋ ਇੱਥੇ ਦਾ ਮਾਹੌਲ, ਮੈਂ ਇੱਕ ਦਿਨ ਪਹਿਲਾਂ ਵੀ ਆਇਆ ਹਾਂ ਉਹ ਬੜੇ ਬਹੁਤ ਕੁੱਦਿਆ ਉਸ ਵਾਰ ਕੁੱਦਦਾ ਗਾ ਆ, ਵੈਸੇ ਬੱਚਿਆਂ ਗਾ ਪਰ ਉੱਦਣ ਪਤਾ ਨਹੀਂ ਹੋਰ ਵੀ ਕੁੱਦਰੇ ਸੀਗੇ ਤਾਂ ਮੈਂ ਕੁੱਦ ਲਿਆ, ਹਾਂ ਇੰਜੋਏ ਪੂਰਾ ਇੰਜੋਏਫੁਲ ਮਾਹੌਲ, ਸਤਰੀ ਲੈ ਲਈਏ ਇੱਕ ਆਰ ਉਹ ਲਾ ਗਾ ਬਸ ਬੈਠੇ ਰਹਿ ਕਰੂੰ, ਮੈਂ ਤੈਰਨਾ ਨਹੀਂ ਆਉਂਦਾ ਤੈਰਨਾ ਆਉਂਦਾ ਫਿਰ ਤਾਂ ਪੁੱਜ ਜਾਂਦਾ, ਤੈਰ ਆਰੇ ਤੈਰਨੇ ਕਿਨੇ ਤਿੰਨ ਮਹੀਨੇ ਨਹੀਂ ਆਏ ਹੋ, ਉਹ ਕੱਚਾ ਬਸ ਮਾਸ ਕਰ ਉਹਦੇ ਨੇੜੇ ਕੋ ਉਹਦੇ ਨੇੜੇ ਖੇਲ ਰਹੇ ਉਹਦੇ 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 ਖੜੇ ਸੀ ਮਾਂ ਮਹਾਨਾ ਮਾ ਤੇਰੀ ਜਗ੍ਹਾ, ਹਾਂ ਮੈਂ ਕੰਮਣੇ ਤੇ ਕੋਈ ਬਿਨਾ ਹੋਵੇ ਸੀ ਮੈਂ, ਹਾਂ ਦੇਖਾਂ ਚੱਲ ਪਹਿਲਾਂ ਉਧਰ ਚੱਲੀਏ ਆਪਣੀ ਵਾਲੀਬਾਲ ਕਰਨੀ, ਵਾਲੀਬਾਲ ਬਾਅਦ ਖੇਲੇ ਕੰਨਾ ਮਾਂ ਨਾਨੇ ਆ ਜਾ ਕੇ, ਮੈਂ ਇੱਕ ਲੈਣ ਦਾ ਕਾਊਂਟਰ ਇੱਥੇ ਤੇ ਬੰਦੇ ਹੁਣੇ ਪਹੁੰਚ ਕੇ ਤਿਆਰ ਅੰਦਰ ਜਾਣੇ ਵਾਸਤਾ, ਲਓ ਜੀ ਖੇਲਦੇ ਹਾਂ ਥੋੜ੍ਹੀ ਦੇਰ ਮੈਂ, ਥੈਂਕ ਯੂ ਬ੍ਰੋ, ਇਹ ਕੋਈ ਮੋਸਟ ਲੈਂਡ ਲੈਂਡ ਬੰਦਵਾ ਕਰੋ, ਥੈਂਕ ਯੂ ਲੈਂਡ ਬੰਦ ਲੈ ਰਾਖੀ ਬੰਦ ਕਰਾ ਬ੍ਰੋ, ਓਨਲੀ ਅਗਲਾ ਮੇਰਾ ਲੈ 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 ਬੰਦ ਮੇਰੇ ਬੰਦਾ ਕਿਸ ਤਰ੍ਹਾਂ ਜੀ ਮਿੱਤਰ ਨਾ ਤੋ ਹਿਲਾ ਮੇਰਾ ਬੈਂਡ ਸੈਮਸੰਗ ਦਾ ਵੀ ਸੂਟ ਬਸ ਸੈਮਸੰਗ ਦਾ ਨਹੀਂ ਆ, ਨਾ ਓਕੇ ਮੇਰੇ ਡਬਲ ਘੁੰਮ ਜਾਗਾ ਯਾਰ, ਮੇਰੇ ਵੀ ਡਬਲ ਘੁੰਮ ਮੈਡੀਕਲ ਆਂਡੇ ਦਾ, ਓਕੇ ਥੈਂਕ ਯੂ, ਸੰਦੋ ਨੇ ਇੱਕ ਬਸ ਇੱਕ ਦਿਨ ਸੀ ਫਿਰ ਮੈਂ, ਚਲੋ ਵੀ ਆਰ ਰੈਡੀ ਯਾ 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 ਥੈਂਕ ਯੂ
ਪਹੁੰਚ ਗਿਆ ਅੰਦਰ, ਆਹ ਦੇਖੋ ਰੌਣਕ ਮੇਲਾ ਹੈ ਕਿ ਹੁਣ ਨਹਾਉਂਦੇ ਹਾਂ ਬਾਈ ਇੱਥੇ ਮਜ਼ੇ ਲੈਂਦੇ ਹਾਂ। ਜਵਾਕਾਂ ਦਾ ਉਹ ਉੱਧਰ ਬੜਿਆਂ ਦਾ, ਬਾਕੀ ਵਿਊ ਤੁਸੀਂ ਦੇਖ ਸਕਦੇ ਹੋ ਸਾਹਮਣੇ ਨਹਿਰ ਆਇਆ ਠੀਕ ਹੈ ਨਾ, ਉੱਧਰ ਆਪਣਾ ਉਸਦੇ ਵੀ ਨਹਾ ਸਕਦੇ ਆ, ਉੱਧਰ ਫਰੀ ਆ ਠੀਕ ਹੈ, ਪਰ ਜਿਹੜਾ ਇੱਧਰ ਆ ਉਹ ਪੇਡ ਆ, ਇਹ 80 ਕਰਾਉਣ ਦਾ ਆ, 80 ਕਰਾਉਣ ਦਾ। ਸੋ ਵਧੀਆ ਆ ਮਾਹੌਲ, 80 ਕਰਾਉਣ ਬਣ ਗਏ 3-4 ਯੂਰੋ ਬਣ ਗਏ ਹੈ ਨਾ, 3-4 ਯੂਰੋ, 3 ਜਾਂ 4 ਯੂਰੋ ਠੀਕ ਹੈ ਨਾ, ਕੋਈ ਜ਼ਿਆਦਾ ਨਹੀਂ ਹੈਗਾ, ਇੰਜੋਏ ਕਰੋ ਵਧੀਆ। ਬਾਕੀ ਇੱਥੇ ਸਮਾਨ ਸਮੂਨ ਰੱਖ ਦਿੰਦੇ ਹਾਂ ਆਪਣਾ, ਅਤੇ ਬਾਕੀ ਫਿਰ ਕਰਦੇ ਹਾਂ ਆਪਣਾ ਇੰਜੋਏ ਇੱਧਰ। ਚਲੋ ਫਿਰ ਚਲੋ ਜਾਣਾ ਜਾਣ, ਕਿਆ ਹੋ ਗਿਆ ਹੈ, ਕਿਆ ਹਾਲ ਆ ਬੱਬੀ, ਉਹ ਯਾਰ ਡੂੰਘਾ ਹੀ ਵਾਲਾ ਮਾਰੇ ਬੰਦੇ ਦੇ ਕਿਸ ਤਰ੍ਹਾਂ ਕਰ ਰਹੇ ਆ, ਮਾਰੇ ਬੰਦੇ ਨੂੰ ਤੈਰਨਾ ਹੀ ਨਹੀਂ ਆਉਂਦਾ ਕਿਸੇ ਨੂੰ ਵੀ। ਚੱਲ ਫਿਰ ਪਰਾਂ ਚੱਲੀਏ, ਚਲੋ ਥੋੜਾ ਦੂਰ ਪਿਆ ਫੋਨ ਰੱਖਿਆ ਜੀ, ਵੈਸੇ ਉੱਧਰ ਆਪਾਂ ਨਹਾ ਨੂ ਰਹੇ ਸੀਗੇ ਠੀਕ ਹੈ, ਆਪਣੇ ਸਾਰੇ ਬੰਦੇ ਇੱਧਰ ਹੀ ਆ, ਕਿਉਂਕਿ ਯਾਰ ਇੱਧਰ ਤਾਂ ਬਹੁਤ ਡੂੰਘਾ ਆ, ਉਹ ਦੇਖੀ ਦਾ ਛਾਲ ਮਾਰੀ ਡੂੰਘਾ ਵਾਲਾ ਆ, ਅਤੇ ਇੱਧਰ ਹਲੇ ਨੋਰਮਲ ਆ, ਅਤੇ ਬਾਕੀ ਹੇ ਗਾਇਸ ਕਰ ਰਹੇ ਮਜ਼ੇ, ਕੰਮ ਨਾ ਕਰੋ ਯਾਰ, ਆਈ ਮੰਮੀ ਆਈ ਮੰਮੀ, ਕਿਆ ਹੋ ਗਿਆ ਭਾਈ, ਤੈਰ ਤਾਂ ਜਾਂਦਾ ਤੇਰੀ ਵੀ ਤੈਰ ਰਹੇ ਡੂੰਘਾ
ਨੰਗੇ ਟੰਗੇ ਘੁੰਮ ਰਹੇ ਆ ਸਾਰੇ। ਰੰਜੇ ਨੂੰ ਦੇਖ, ਰੰਜੇ ਤੇਰੀ ਛਾਤੀ ਹਵਾ ਵਾਲਾ ਨੇ ਤੜਵਾ ਕੇ ਉੱਪਰ ਲਵਾ ਲਾ ਸਿਰ ਪਾ ਫੁਹਾਰੇ ਥੱਲੇ ਨਹਾ ਲਈਏ ਇੱਕ ਵਾਰ ਫਿਰ ਚੱਲਦੇ ਆ ਉਧਰ ਵੱਲ ਹੀ ਚੱਲਦੇ ਆ। ਨਹਾਉਣਾ ਤਾਂ ਫਿਰ ਵੀ ਉੱਥਾ ਪੈਣਾ, ਚਲੋ ਵੈਸੇ ਨਹਾ ਲਓ ਇੱਧਰ ਫੁਹਾਰੇ ਥੱਲੇ। ਆਹੋ ਬੈਗ ਬੜਾ ਭਾਰਾ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਵਾਲੀਬਾਲ ਖੇਲਣ, ਉੱਧਰ ਬਾਲੀ ਖੇਲਾਂਗੇ ਵਧੀਆ। ਇਹ ਸ਼ਾਇਦ ਕੋਈ ਟੀਮ ਖੇਡਦੀ ਹੋਣੀ ਉੱਧਰ, ਬਾਕੀ ਆਪਾਂ ਤਾਂ ਚਾਰ ਜਣੇ ਆ, ਚਾਰੇ ਜਣੇ ਡੱਲੇ ਡੁੱਲੇ ਜੇ ਮਾਰਨੇ ਆ, ਚੱਲੀ ਜਾਣਾ ਕੰਮ। ਠੀਕ ਹੈ, ਬਾਕੀ ਉਹਦੇ ਨੇ ਨਹਾ ਕੇ ਨਜ਼ਾਰਾ ਆਇਆ, ਹੁਣ ਹਰ ਵੀਕਐਂਡ ਇੱਥੇ ਹੀ ਆਇਆ ਕਰਨਾ। ਠੀਕ ਹੈ, ਬਾਕੀ ਇਹ ਵਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਕਰ ਦਿਓ। ਠੀਕ ਹੈ, ਅਤੇ ਦੁਬਾਰਾ ਫਿਰ ਆਪਾਂ ਇੱਥੇ ਆ ਜਾਵਾਂਗੇ ਤੁਹਾਡੀ ਪਰਮਿਸ਼ਨ 'ਤੇ ਜਦੋਂ ਤੁਸੀਂ ਬੋਲੋਗੇ। ਠੀਕ ਹੈ ਨਾ, ਤਾਂ ਬਾਕੀ ਵੰਡਣ ਲੱਗ ਰਹੀ ਆ ਹੁਣ ਲੱਗ ਰਹੀ ਹੈ, ਹੁਣ ਵਾਲੀਬਾਲ ਖੇਡਦੇ ਆ। ਚੱਕੋ ਸਮਾਨ ਫਿਰ। ਚੱਲ ਫਿਰ ਗੁਰੂ, ਚੱਲ ਕੱਪੜੇ ਪੂਰੇ ਪਾਓ ਯਾਰ, ਨੰਗੇ ਦਿਖ ਰਹੇ ਸਾਨੂੰ ਤਾਂ। ਜਾਣੇ ਗਏ ਨੇ ਖੇਲਣ, ਪਰ ਉਹ ਕਹਿੰਦੇ ਤੁਸੀਂ 30 ਮਿੰਟ ਲਈ ਖੇਲਣਾ ਆ, 30 ਮਿੰਟ ਪਲੇ, ਆਫਟਰ ਦੈਟ ਯੂ ਕੈਨ ਪਲੇ। ਤਾਂ ਫਿਰ ਆਪਾਂ ਬਾਅਦ 'ਚ ਖੇਲਾਂਗੇ, ਅਤੇ ਬਾਕੀ ਹੁਣ ਇੱਧਰ ਬੈਠਦੇ ਹਾਂ ਥੋੜ੍ਹੇ ਟਾਈਮ, ਗਾਣੇ ਗੁਣੇ ਚਲਾਉਂਦੇ ਹਾਂ, ਵਜਾਉਂਦੇ ਹਾਂ, ਅਤੇ ਇੱਥੇ ਬਹਿੰਦੇ ਹਾਂ। ਸੋਰੀ, ਵਾਲੀ ਬੁੱਲੀ ਤਾਂ ਖੇਲ ਨਹੀਂ ਪਾਏ, ਬਸ ਹੁਣ ਘਰੇ ਚੱਲੇ ਹਾਂ, ਉਹ ਬੰਦੇ ਹਟੇ ਹੀ ਨਹੀਂ ਯਾਰ। ਚਲੋ ਕੋਈ ਨਹੀਂ, ਫਿਰ ਨੈਕਸਟ ਵੀਕ ਹੈ ਨਾ, ਨੈਕਸਟ ਵੀਕ ਖੇਲਾਂਗੇ। ਅਤੇ ਥੈਂਕ ਯੂ ਸੋ ਮਚ ਵਾਚਿੰਗ ਦਿਸ ਵਲੌਗ। ਕੱਪੜੇ ਕੁਪੜੇ ਚੇਂਜ ਕਰਦਾ ਮੈਂ ਵੀ, ਬਾਕੀ ਫਿਰ ਚੱਲਦੇ ਹਾਂ ਘਰੇ। ਚੱਲੇ ਹਾਂ ਹੁਣ ਘਰੇ, ਬੱਸ ਲੈ ਲਈ ਆਪਾਂ ਆਉਂਦੇ ਹੋਏ, ਪਹਿਲਾਂ ਆਉਂਦੇ ਹੋਏ ਪੈਦਲ ਆਏ ਸੀਗੇ, ਅਤੇ ਹੁਣ ਬੱਸ 'ਚ ਬੈਠੇ ਹਾਂ, ਅਤੇ ਬਸ ਪਹੁੰਚਣੀ ਵਾਲੇ ਹਾਂ ਘਰੇ। ਜਾ ਕੇ ਰੋਟੀ ਪਾਣੀ ਬਣਾਵਾਂਗੇ, ਖਾਵਾਂਗੇ, ਹੈ ਨਾ। ਹੋਰ ਨਾ ਖਾ ਲਈ ਅੱਜ ਕੀ ਚੀਜ਼ ਕੋਈ, ਅੰਡੇ ਹੀ ਰਹਿ ਗਏ ਹਾਂ ਜ਼ਿੰਦਗੀ ਮਾ ਨਾ। ਲਓ ਜੀ, ਟਾਟਾ ਬਾਏ ਬਾਏ।